ਫਰਮਾਇਆ ਫਰਿਸ਼ਤੇ ਉਹਨਾਂ ਮੋਢਿਆਂ ਤੇ ਚੁੱਕ ਕੇ ਫਿਰਦੇ ਨੇ, ਹਬੀਬਾ ਬਾਦ ਵਾਲੇ ਹੋ ਜਿਹਦੇ ਵਿੱਚ ਮੂਸਾ ਦੀਆਂ ਛੁੱਟੀਆਂ ਹੋਣ, ਉਹਨਾਂ ਫਰਿਸ਼ਤੇ ਮੋਢਿਆਂ ਤੇ ਚੁੱਕ ਕੇ ਫਿਰਦੇ ਨੇ। ਮੈਂ ਗੱਲ ਉਹਦੀ ਪਿਆ ਕਰਨਾ ਜਿਹਨੂੰ ਮੁਹੰਮਦ ਮੋਢਿਆਂ ਤੇ ਚੁੱਕ ਕੇ ਫਿਰਦੇ, ਜਿਹਨੂੰ ਮੁਹੰਮਦ ਮੋਢਿਆਂ ਤੇ ਚੁੱਕ ਕੇ ਫਿਰਦੇ। ਉੱਚਾ ਬੋਲੋ ਸਾਰੇ ਸੁਭਾਨ ਅੱਲਾਹ। ਉਹ ਜਿਹਦੇ ਵਿੱਚ ਮੂਸਾ ਦੀਆਂ ਜੁੱਤੀਆਂ ਹੋਣ ਉਹਨੂੰ ਫਰਿਸ਼ਤੇ ਮੋਢਿਆਂ ਤੇ ਚੁੱਕ ਕੇ ਫਿਰਦੇ ਨੇ, ਉਹਦੇ ਸਦਕੇ ਦੁਆਵਾਂ ਕਬੂਲ ਹੁੰਦੀਆਂ ਨੇ ਜਿਹਦੇ ਵਿੱਚ ਮੂਸਾ ਦੀਆਂ ਜੁੱਤੀਆਂ ਹੋਣ ਤੇ ਜਿਹੜਾ ਬੈਠਾ ਹੀ ਮੁਹੰਮਦ ਦੇ ਮੋਢਿਆਂ ਤੇ ਹੋਵੇ। ਤੁਸੀਂ ਹੌਲੇ ਸੁਭਾਨ ਅੱਲਾਹ ਬੋਲੀਏ, ਮੈਂ ਦੁਮਲਾ ਦੁਬਾਰਾ ਬੋਲ ਦਿੰਦਾ। ਉਹ ਜਿਹਦੇ ਵਿੱਚ ਮੂਸਾ ਦੀਆਂ ਜੁੱਤੀਆਂ ਹੋਣ ਉਸ ਸੰਦੂਕ ਦੇ ਸਦਕੇ ਦੁਆਵਾਂ ਕਬੂਲ ਹੁੰਦੀਆਂ ਨੇ, ਤੇ ਜਿਹੜੀ ਕਬਰ ਚ ਅੱਲਾਹ ਵਾਲਾ ਆਪ ਹੀ ਲੇਟਿਆ ਹੋਵੇ। ਜੇ ਤੁਹਾਨੂੰ ਕੋਈ ਪੁੱਛੇ ਨਾ ਬਾਬਾ ਫਰੀਦ ਕੀ ਲੈਣ ਚੱਲੇ ਹੋ, ਉੱਥੇ ਕੀ ਲੈਣ ਜਾਂਦੇ ਹੋ, ਬਾਬੇ ਸ਼ਾਇ ਹੀ ਕੋਈ ਨਹੀਂ, ਉਹਨੂੰ ਆਖਿਆ ਕਰੋ ਚੱਲਿਆ। ਕੁਰਾਨ ਕਹਿੰਦਾ ਫੀ ਹੀ ਸਕੀਨਤੁ ਮਿਨ ਰੱਬਿਕੁਮ, ਉਹ ਜਿਹਦੇ ਵਿੱਚ ਨਬੀਆਂ ਤੇ ਵਲੀਆਂ ਦੀਆਂ ਜੁੱਤੀਆਂ ਹੋਣ ਉੱਥੇ ਸਕੂਨ ਹੁੰਦਾ, ਤੇ ਜਿੱਥੇ ਜੁੱਤੀਆਂ ਵਾਲੇ ਆਪ ਲੇਟੇ ਹੋਣ। ਇਹ ਤੁਸੀਂ ਰਾਤ ਕੀ ਟਾਈਮ ਹੋ ਗਿਆ ਜੀ, ਪੌਣਾ ਇੱਕ ਹੋ ਗਿਆ, ਤੇ ਤੁਸੀਂ ਇੰਜ ਬੈਠੇ ਹੋ ਜਿਵੇਂ ਮਹਿਫਲ ਹੁਣ ਸ਼ੁਰੂ ਹੋਈ ਹੈ। ਸ਼ਾਮ ਦੇ ਆ ਕੇ ਬੈਠੇ ਹੋ, ਬਗੈਰ ਟੇਕ ਲਗਾਉਣ ਤੋਂ ਬੈਠੇ ਹੋ, ਗਰਮ ਜ਼ਮੀਨ ਤੇ ਬੈਠੇ ਹੋ, ਨੀਂਦ ਕੁਰਬਾਨ ਕਰਕੇ ਆਇਓ, ਬਿਸਤਰ ਛੋੜ ਕੇ ਆਇਓ, ਠੰਡੇ ਕਮਰੇ ਛੋੜ ਕੇ ਆਇਓ, ਤੁਸੀਂ ਸੁਬਹ ਕੰਮ ਕਾਜ ਤੇ ਵੀ ਜਾਣਾ ਹੋਵੇਗਾ, ਸੌ ਦੁਨੀਆਦਾਰੀ ਦੇ ਕੰਮ ਹੋਣਗੇ, ਵਟਸਐਪ, ਫੇਸਬੁੱਕ, ਟਿਕਟੋਕ, ਯੂਟਿਊਬ, ਸੋਸ਼ਲ ਮੀਡੀਆ, ਗਾਣੇ, ਫਿਲਮਾਂ, ਡਰਾਮੇ, ਮਾਂ ਬਾਪ